ਦਾ ਬਾਣਾ ਪਾਇਆ ਅਕਾਲੀ ਬਾਣੇ ਦੇ ਵਿੱਚ ਗੁਰਤਾਜ ਸਿੰਘ ਇਸ ਤੋਂ ਉਪਰੰਤ ਜਿਹੜਾ ਮੈਚ ਆ ਉਹ ਵੰਸ਼ਦੀਪ ਸਿੰਘ ਸ਼ਹੀਦ ਬਾਬਾ ਜੁਝਾਰ ਸਿੰਘ ਜੀ ਬਾਲਟਿਮੋਰ ਤੇ ਹਰਜੋਤ ਸਿੱਧੂ ਸਿੰਘ ਸਿੱਧੂ ਸ਼ਹੀਦ ਬਾਬਾ ਫਤਿਹ ਸਿੰਘ ਜੀ ਇੰਡੀਆਨਾ ਹਾਂਜੀ ਢੋਲ ਵਾਲੇ ਵੀਰ ਨੂੰ ਬੇਨਤੀ ਆ ਢੋਲੀ ਕੱਸ ਦੇ ਡਗਾ ਇੱਕ ਵਾਰ ਭਾਈ ਰਣਜੀਤ ਸਿੰਘ ਜੀ ਜਿਹੜੇ ਢੋਲ ਦੇ ਮਾਸਟਰ ਬਣ ਚੁੱਕੇ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਜਿਹੜਾ ਭੇਦ ਆ ਉਹਨਾਂ ਨੇ ਖੋਲ ਲਿਆ ਉਹਨਾਂ ਨੂੰ ਭੇਦ ਪਤਾ ਲੱਗ ਗਿਆ ਕਿ ਢੋਲ ਜਿਹੜਾ ਕਿੱਦਾਂ ਆਨ ਤੇ ਕਿੱਦਾਂ ਆਫ ਕਰਨਾ ਹੈ ਹਾਂਜੀ ਬਾਬਾ ਜੀ ਬਾਬਾ ਜੀ ਦਾ ਕੋਈ ਕੋਈ ਭੇਦ ਲੁਕ ਗਿਆ ਆ ਹਾਂਜੀ ਬਾਬੇ ਸਾਰੇ ਚੀਜ਼ਾਂ ਦੇ ਭੇਤੀ ਆ ਇਹ ਬੜੇ ਚਿਰ ਤੋਂ ਇਹਨਾਂ ਨੇ ਇਹ ਗੱਲ ਲੁਕਾ ਕੇ ਰੱਖੀ ਸੀ ਹਲੇ ਜੀ ਵੀ ਸਾਨੂੰ ਦੱਸ ਕੇ ਨਹੀਂ ਰਾਜੀ ਕਿ ਕਿੱਦਾਂ ਚਾਲੂ ਹੁੰਦਾ ਕੰਮ ਬਾਬਾ ਜੀ ਤਾਂ ਨਹੀਂ ਗੱਲ ਨਹੀਂ ਆ ਇਹ ਕਿ ਉੱਪਰ ਉਤਰਦੀ ਉੱਪਰੋਂ ਇਹ ਜਿਨ੍ਹਾਂ ਦੇ ਕੁਰਸੀਆਂ ਦੇ ਟਾਇਰ ਲੱਗੇ ਉਹੀ ਪਤਾ ਕਰ ਸਕਦੇ ਆ ਹਾਂਜੀ ਜਿਹੜੇ ਅੰਮ੍ਰਿਤ ਵੇਲੇ ਚੌਂਕੜਾ ਲਾਉਂਦੇ ਆ ਉਹਨਾਂ ਨੂੰ ਕੋਈ ਭੇਤ ਨਹੀਂ ਗੁਜ਼ਾਰੇ ਦਾ ਉਹਨਾਂ ਨੂੰ ਹਾਂਜੀ ਸੀਡੀ ਦੀ ਆਵਾਜ਼ ਤੇ ਦੋਨੇ ਸਿੰਘ ਆਮੋ ਸਾਹਮਣੇ ਇੱਕ ਪਾਸੇ ਅਬੇ ਸਿੰਘ ਜੋ ਅਕਾਲੀ ਬਾਣੇ ਦੇ ਵਿੱਚ ਚੜ ਕੇ ਗਿਆ ਉਹ ਲੈਨ ਪਾਰ ਕਰ ਗਿਆ ਨੀਲਾ ਅਕਾਲੀ ਬਾਣੇ ਦੇ ਵਿੱਚ ਸਟਾਕਟਨ ਦੀ ਧਰਤੀ ਗਦਰੀ ਬਾਬਿਆਂ ਦਾ ਇਤਿਹਾਸਿਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਉਸ ਧਰਤੀ ਤੋਂ ਖਾਲਸਾ ਦੀ ਨੀਲਾ ਅਕਾਲੀ ਬਾਣਾ ਪਾ ਕੇ ਉਦੋਂ ਪਹਿਲਾਂ ਲੱਤੇ ਬਾਹਰ ਮਾਰਿਆ ਪੁਆਇੰਟ ਦਾ ਇਸ਼ਾਰਾ ਇੱਕ ਪੁਆਇੰਟ ਦਾ ਇਸ਼ਾਰਾ ਉਹ ਸੋ ਅਬੇ ਸਿੰਘ ਬਾਲਟੀਮੋਰ ਤੋਂ ਜੋ ਕਿ ਸ਼ਹੀਦ ਬਾਬਾ ਜੁਝਾਰ ਸਿੰਘ ਜੀ ਗਦਗਾ ਖਾੜਾ ਬਾਲਟੀਮੋਰ ਇਹਨਾਂ ਦਾ ਦਰਮਿਆਨ ਗੁਰਤਾਜ ਸਿੰਘ ਗੁਰਤਾਜ ਸਿੰਘ ਜੀ ਜਿਨ੍ਹਾਂ ਨੇ ਨੀਲਾ ਕਾਲੀ ਬਾਣਾ ਤੇ ਪਿੰਕ ਜਿਹੇ ਰੰਗ ਦਾ ਗੁਲਾਬੀ ਜਿਹੇ ਰੰਗ ਦਾ ਗਰਤਰਾ ਪਾ ਕੇ ਬਾਬੇ ਕਹਿੰਦੇ ਰੀਪਲੇ ਦੇਖਣਾ ਇੱਕ ਵਾਰ ਅਗਲਾ ਮੈਚ ਬੋਲ ਦੋ ਬਾਬਾ ਜੀ ਹਾਂਜੀ ਅਗਲਾ ਜਿਹੜਾ ਮੈਚ ਹੈ ਵੰਸ਼ਦੀਪ ਸਿੰਘ ਸ਼ਹੀਦ ਬਾਬਾ ਜੁਝਾਰ ਸਿੰਘ ਜੀ ਗਤਕਾ ਅਖਾੜਾ ਤੇ ਹਰਜੋਤ ਸਿੰਘ ਸਿੱਧੂ ਸ਼ਹੀਦ ਬਾਬਾ ਫਤਿਹ ਸਿੰਘ ਜੀ ਗਤਕਾ ਅਖਾੜਾ ਇੰਡੀਆਨਾ ਤੋਂ ਹਾਂਜੀ ਸੋ ਦੱਸ ਦਈਏ ਕਿ ਇਸ ਕੈਟਾਗਰੀ ਤੋਂ ਬਾਅਦ 'ਚ ਅੱਜ ਦੇ ਦਿਨ ਦੀ ਸਮਾਪਤੀ ਰਹਿਣ ਹੋਣੀ ਆ ਆਪਾਂ ਵਿਸ਼ਰਾਮ ਕਰਨਾ ਸੁਬਹ ਆਉਣਾ ਮੈਦਾਨ 'ਚ ਕੱਲ੍ਹ ਨੂੰ ਪਤਾ ਲੱਗੂਗਾ ਕੌਣ ਬਣਦਾ ਮੈਦਾਨੀ ਜੰਗ ਦਾ ਚੈਂਪੀਅਨ ਬਿਸ਼ਰ ਬਾਜੀ ਸਟਾਕਟਨ ਤੇ ਇਹ ਬਾਰਮਾਨ ਦੀ ਕੋਸ਼ਿਸ਼ ਛੋਟੀ ਖੜਕੀ ਚੜ ਕੇ ਬਾਰਮਾਨ ਦੀ ਕੋਸ਼ਿਸ਼ ਲੇਕਿਨ ਉਹ ਪੁਆਇੰਟ ਦਾ ਇਸ਼ਾਰਾ ਇੱਕ ਪੁਆਇੰਟ ਸਿੰਘ ਕਾਰਡੀਓ ਜਿਹੜੀ ਹੈ ਪੂਰੀ ਕਰਕੇ ਆਏ ਆ ਅੱਗੇ ਪਿੱਛੇ ਕਾਰਡੀਓ ਕਰ ਰਹੇ ਆ ਇੱਕ ਪੁਆਇੰਟ ਦਾ ਇਸ਼ਾਰਾ ਸਟਾਕ ਉਹ ਲਾਤੇ ਬਾਰ ਮਾਰਿਆ ਪੁਆਇੰਟ ਦਾ ਇਸ਼ਾਰਾ ਸਨਮਨ ਸਿੰਘ ਕਹਿੰਦੇ ਅਰਕਨਸਾਸ ਵਾਟ ਇਜ਼ ਦਿਸ ਕਹਿੰਦਾ ਵਾਟ ਇਜ਼ ਦਿਸ ਆ ਸਾਂਝਾ ਬਾਰ ਸਾਂਝਾ ਨਹੀਂ ਮਾਰਨਾ ਆਪਾਂ ਇੱਕ ਫਾਲ ਹੋ ਗਿਆ ਟੈਨ ਵਾਰਨਿੰਗ ਫਸਟ ਵਾਰਨਿੰਗ ਸੈਕਿੰਡ ਵਾਰਨਿੰਗ ਥਰਡ ਹਾਂਜੀ ਮਿਸਰ ਬੱਜੀ ਇਹਦੇ ਆਪਾਂ ਥੋੜ੍ਹਾ ਜਿਹਾ ਕਲੀਅਰ ਕਰ ਦਈਏ ਅਗਰ ਤੁਹਾਡਾ ਫਾਲ ਹੋ ਜਾਂਦਾ ਆ ਤੇ 7 ਇੱਕ ਆ ਇੱਕ ਪੁਆਇੰਟ ਮਾਈਨਸ ਮਿਲ ਜਾਣਾ ਬਾਬਾ ਇਦਾਂ ਹੀ ਆ ਨਹੀਂ ਤਾਂ ਖਾਲਸਾ ਸੀਟ ਨੇ ਕਿਹਾ ਤਾਂ ਇਦਾਂ ਨਹੀਂ ਹੈਗਾ